ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ। ਨਿਊ ਐਵੀਡੈਂਸ ਅਗੇਂਸਟ ਅਰਵਿੰਦ ਕੇਜਰੀਵਾਲ ਜੀ, ਕੋਈ ਨਵਾਂ ਤੱਥ ਨਹੀਂ ਹੈ, ਕੋਈ ਨਵਾਂ ਗਵਾਹ ਨਹੀਂ ਹੈ, ਕੋਈ ਨਵਾਂ ਫੈਕਟ ਨਹੀਂ ਹੈ। 11 ਦਿਨ ਦੇ ਰਿਮਾਂਡ ਤੋਂ ਬਾਅਦ ਤੇ ਅੱਜ ਫੇਰ ਜਿਹੜਾ ਆ ਜੁਡੀਸ਼ੀਅਲ ਕਸਟਡੀ 14 ਦਿਨ ਦਾ ਭੇਜਤਾ। ਯਾਨੀ ਕਿ ਮਕਸਦ ਬੜਾ ਸਪਸ਼ਟ ਹੈ, ਜਿਸ ਬਿਆਨ ਦਾ ਆਧਾਰ ਬਣਾ ਕੇ ਤੁਸੀਂ ਰਿਮਾਂਡ ਲਿਆ ਸੀ, ਇਹ ਬਿਆਨ ਤੇ ਆਲਰੇਡੀ 1.5 ਸਾਲ ਪਹਿਲਾਂ ਔਨ ਰਿਕਾਰਡ ਦਰਜ ਹੋ ਗਿਆ, ਨਵੀਂ ਗੱਲ ਹੀ ਨਹੀਂ ਇਹਦੇ 'ਚ ਕੋਈ। ਇਹ ਸਾਰਾ ਰਿਕਾਰਡ ਦਾ ਪਾਤਰ ਹੈ, ਰਿਕਾਰਡ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਆ, ਈਡੀ ਦਾ, ਸਾਡਾ ਕੋਈ ਪਰਸਨਲ ਰਿਕਾਰਡ ਨਹੀਂ ਹੈ। ਸੋ ਕਹਿਣ ਤੋਂ ਭਾਵ ਇੱਕ ਤਾਂ ਇਹ ਆ ਕਿ ਭਾਜਪਾ ਦਾ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਬਾਹਰ ਰੱਖਣ ਦੀ ਜਿਹੜੀ ਸਾਜਿਸ਼ ਹੈ, ਜਿਹੜੀ ਝੂਠੀ ਸਕ੍ਰਿਪਟ ਸੀ, ਜਿਹੜੀ ਕੌਨਸਪਿਰੇਸੀ ਸੀ, ਉਹ ਇੱਕ ਵਾਰ ਫੇਰ ਕੋਰਟ 'ਚ ਵੀ ਉਜਾਗਰ ਹੋਈ ਹੈ। ਦੂਜਾ ਫੈਕਟ, ਅਰਵਿੰਦ ਕੇਜਰੀਵਾਲ ਜੀ ਦੇ ਜਿਹੜਾ ਈਡੀ ਨੇ ਅਰੈਸਟ ਕੀਤਾ ਅੱਜ ਤੋਂ 11 ਦਿਨ ਪਹਿਲਾਂ, ਜਾਂ ਜਿਹੜਾ ਇਹ ਕੇਸ ਮਨ ਘੜਤ ਬਣਾਇਆ ਗਿਆ 1.5 ਸਾਲ ਪਹਿਲਾਂ, ਉਹਦੇ ਤੁਸੀਂ ਸਾਰੇ ਮੀਡੀਆ ਦੇ ਸਾਥੀਆਂ ਨੇ ਵਾਰ ਵਾਰ ਸੁਣਿਆ ਹੋਊਗਾ ਸਾਊਥ ਲੌਬੀ ਦਾ ਨਾਂ, ਕਿ ਸਾਊਥ ਦੀ ਲੌਬੀ ਨੇ ਸ਼ਰਾਬ ਘੁਟਾਲਾ ਹੋਇਆ, ਉਹਦੇ ਤੋਂ ਕਮਿਸ਼ਨ ਮੰਗਿਆ। ਮੈਂ ਉਹਦੇ ਬਾਰੇ ਵੀ ਪੰਜਾਬੀ ਮੀਡੀਆ ਦੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ। ਜਿਹੜੀ ਸੋ ਕਾਲਡ ਸਾਊਥ ਲੌਬੀ ਵੀ ਹੈ, ਜਿਹਦਾ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਲਗਾਤਾਰ ਭਾਜਪਾ ਝੂਠੇ ਕੇਸ ਦਰਜ ਕਰ ਰਹੀ ਹੈ, ਕੂੜ ਪ੍ਰਚਾਰ ਕਰ ਰਹੀ ਹੈ, ਇਲੈਕਸ਼ਨਾਂ ਤੋਂ ਦੂਰ ਰੱਖ ਰਹੀ ਹੈ, ਉਹਦੀ ਸੱਚਾਈ ਇਹ ਹੈ। ਪਹਿਲਾ ਗਵਾਹ ਸਰਤ ਚੰਦ ਰੈਡੀ, ਹੁਣ ਉਹਦੇ ਬਾਰੇ ਮੈਂ ਥੋੜ੍ਹੀ ਡਿਟੇਲ 'ਚ ਤੁਹਾਨੂੰ ਦੱਸੂੰਗਾ, ਅੱਜ ਦੱਸਣਾ ਵੀ ਚਾਹੂੰਗਾ। ਸਰਤ ਚੰਦ ਰੈਡੀ ਇੱਕ 25,000 ਕਰੋੜ ਦੀ ਫਰਮ ਦਾ, ਸਾਊਥ ਦਾ ਇੱਕ ਬਿਜ਼ਨਸਮੈਨ ਦਾ ਮੁੰਡਾ, 25,000 ਕਰੋੜ ਦਾ, ਔਰ ਕੋਈ ਮਾਮੂਲੀ ਬੰਦਾ ਨਹੀਂ ਹੈ। ਸਰਤ ਚੰਦ ਰੈਡੀ ਨੂੰ ਮਨੀ ਲਾਂਡਰਿੰਗ ਦੇ ਕੇਸ 'ਚ ਨਵੰਬਰ 2022 'ਚ ਜਿਹੜਾ ਆ ਈਡੀ ਵੱਲੋਂ ਅਰੈਸਟ ਕਰ ਲਿੱਤਾ ਜਾਂਦਾ। ਨਵੰਬਰ 2022 'ਚ ਈਡੀ ਵੱਲੋਂ ਸਰਤ ਚੰਦ ਰੈਡੀ, ਜਿਹੜਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਇਹਨਾਂ ਨੇ ਗਵਾਹ ਬਣਾਇਆ, ਉਹਨੂੰ ਅਰੈਸਟ ਕੀਤਾ ਜਾਂਦਾ। ਔਰ ਅਰੈਸਟ ਤੋਂ 10 ਦਿਨ ਬਾਅਦ, ਇੰਟਰਸਟਿੰਗ ਗੱਲ, ਵੈਰੀ ਇੰਟਰਸਟਿੰਗ, ਨਵੰਬਰ 2022 'ਚ ਅਰੈਸਟ ਤੋਂ 10 ਦਿਨ ਬਾਅਦ ਉਸੇ ਸਰਤ ਚੰਦ ਰੈਡੀ ਤੋਂ 55 ਕਰੋੜ ਦਾ ਇਲੈਕਸ਼ਨ ਫੰਡ ਭਾਜਪਾ ਇਲੈਕਟੋਰਲ ਬੌਂਡ ਦੇ ਰਾਹੀਂ ਲੈਂਦੀ। ਇਹ ਰਿਕਾਰਡ ਦੀ ਗੱਲ ਹੈ, ਇਹ ਕੋਈ ਅਸੀਂ ਪੱਲਿਓਂ ਨਹੀਂ ਜੋੜ ਰਹੇ। ਮਾਣਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਸ ਦਿਨ ਦਾ ਇਲੈਕਟੋਰਲ ਬੌਂਡ ਦਾ ਪਰਦਾ ਫਾਸ ਹੋਇਆ, ਉਹਦੇ 'ਚ ਰਿਕਾਰਡ 'ਚ ਗੱਲ ਆਈ ਆ ਕਿ ਜਿਹੜਾ ਸਰਤ ਚੰਦ ਰੈਡੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਗਵਾਹ ਬਣਾਇਆ, ਉਹਦੀ ਨਵੰਬਰ 2022 'ਚ ਗਵਾਹੀ ਅਰੈਸਟ ਤੋਂ ਬਾਅਦ 10 ਦਿਨ ਦੇ ਅੰਦਰ ਅੰਦਰ ਉਹਦੇ ਤੋਂ 55 ਕਰੋੜ ਰੁਪਇਆ ਭਾਜਪਾ ਨੇ ਇਲੈਕਸ਼ਨ ਫੰਡ ਲਿਆ। ਫਿਰ ਸੁਣੋ, ਨਵੰਬਰ 2022 ਤੋਂ ਬਾਅਦ ਅਪ੍ਰੈਲ 2023 ਤੱਕ ਤਕਰੀਬਨ ਉਹਨੂੰ 6 ਵਾਰ ਉਹਦੀਆਂ ਸਟੇਟਮੈਂਟਸ ਲਈਆਂ ਗਈਆਂ, ਇਹ ਵੀ ਫੈਕਟ ਹੈ। 6 ਵਾਰ ਉਹਦੀਆਂ ਸਟੇਟਮੈਂਟ ਲਈਆਂ ਗਈਆਂ ਨਵੰਬਰ 2022 ਤੋਂ ਲੈ ਕੇ ਅਪ੍ਰੈਲ 2023 ਤੱਕ, ਤਕਰੀਬਨ 6 ਮਹੀਨਿਆਂ 'ਚ। ਔਰ ਸਾਰੀਆਂ ਸਟੇਟਮੈਂਟ 'ਚ ਉਹਨੇ ਲਗਾਤਾਰ ਕਿਤੇ ਵੀ ਅਰਵਿੰਦ ਕੇਜਰੀਵਾਲ ਜੀ ਦਾ ਨਾਂ ਨਹੀਂ ਲਿਆ, ਔਰ ਈਵਨ ਉਹਨੇ ਕਿਹਾ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ,
ਜਿਹੜਾ ਕਥੀ ਸ਼ਰਾਬ ਘੁਟਾਲਾ ਤੁਸੀਂ ਭਾਜਪਾ ਨੇ ਬਣਾਇਆ। ਇਸ ਤੋਂ ਬਾਅਦ ਮਈ 2023 ਚ ਉਹਦੀ ਹਾਈਕੋਰਟ ਤੋਂ, ਇਹ ਬੜੇ ਇੰਟਰਸਟਿੰਗ ਫੈਕਟ ਹੈ, ਮਈ 2023 ਚ ਉਹਦੀ ਹਾਈਕੋਰਟ ਤੋਂ ਬੇਲ ਰਿਜੈਕਟ ਹੋ ਜਾਂਦੀ ਹੈ। ਹੁਣ ਜਿਹੜਾ ਬੰਦਾ 25,000 ਕਰੋੜ ਦਾ ਮਾਲਕ ਹੋਵੇ ਤੇ 6 ਮਹੀਨੇ ਜੇਲ੍ਹ ਚ ਰਹਿਣਾ ਪੈ ਜੇ, 55 ਕਰੋੜ ਰੁਪਇਆ ਆਲਰੇਡੀ ਭਾਜਪਾ ਨੂੰ ਇਲੈਕਸ਼ਨ ਫੰਡ ਦੇ ਚੁੱਕਿਆ ਹੈ, ਤੇ ਫਿਰ ਵੀ ਉਹਦੀ ਜ਼ਮਾਨਤ ਨਾ ਹੋਵੇ ਤੇ ਕਿਤੇ ਨਾ ਕਿਤੇ ਤੇ ਪ੍ਰੈਸ਼ਰ 'ਚ ਬੰਦਾ ਆ ਹੀ ਜਾਂਦਾ। ਅਲਟੀਮੇਟਲੀ ਸ਼ਰਤ ਚੰਦਰ ਰੈਡੀ ਜਿਹੜਾ ਆ, ਤਕਰੀਬਨ 8 ਮਹੀਨਿਆਂ ਬਾਅਦ ਇੱਕ ਝੂਠਾ ਸਟੇਟਮੈਂਟ ਦੇ ਦਿੰਦਾ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਸ਼ਰਤ ਚੰਦਰ ਰੈਡੀ ਕਥਿਤ ਸ਼ਰਾਬ ਘੁਟਾਲੇ ਦਾ ਅਰਵਿੰਦ ਜੀ ਦੇ ਖਿਲਾਫ ਗਵਾਹ ਬਣਾਇਆ, ਉਹਦੇ ਤੋਂ ਭਾਜਪਾ 55 ਕਰੋੜ ਰੁਪਇਆ ਇੱਕ ਲੈਂਦੀ, 5 ਇੱਕ ਲੈਂਦੀ, ਟੋਟਲ 60 ਕਰੋੜ ਰੁਪਇਆ, ਫਿਰ ਜਾ ਕੇ ਉਹਦੀ ਜ਼ਮਾਨਤ ਹੋ ਜਾਂਦੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਬੰਦਿਆਂ ਨੂੰ ਮਜਬੂਰ ਕੀਤਾ ਹੈ, ਔਰ ਲਗਾਤਾਰ 8 ਮਹੀਨੇ ਉਹ ਨਕਾਰਦਾ ਰਿਹਾ। ਇਹ ਵੀ ਰਿਕਾਰਡ ਦਾ ਪੱਖ ਹੈ, ਉਹਨੇ ਕੋਰਟ 'ਚ ਮਨਾ ਕੀਤਾ ਹੈ ਕਿ ਕੋਈ ਮੇਰਾ ਲੈਣਾ ਦੇਣਾ ਨਹੀਂ ਅਰਵਿੰਦ ਕੇਜਰੀਵਾਲ ਜੀ ਨਾਲ। ਦੂਸਰਾ ਜਿਹੜਾ ਇਹਨਾਂ ਨੇ ਐਵੀਡੈਂਸ ਗਵਾਹ, ਮੁੱਖ ਗਵਾਹ ਬਣਾਇਆ ਅਰਵਿੰਦ ਜੀ ਦੇ ਖਿਲਾਫ, ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਹੈ, ਉਹਨਾਂ ਦਾ ਨਾਂ ਹੈ ਮੁਗੁੰਟਾ ਸ਼੍ਰੀਨਿਵਾਸ ਰੈਡੀ। ਸ਼ੋਰਟ ਨੇਮ ਮੈਂ MSR ਕਹੂੰਗਾ, ਮੁਗੁੰਟਾ ਸ਼੍ਰੀਨਿਵਾਸ ਰੈਡੀ MSR। MSR ਵੀ ਇੱਕ ਸਾਊਥ ਦਾ ਬਹੁਤ ਵੱਡਾ ਕਾਰੋਬਾਰੀ ਹੈ। 2021 'ਚ ਮਨੀ ਲਾਂਡਰਿੰਗ ਦਾ ਇੱਥੇ ਪਰਚਾ ਦਰਜ ਹੋ ਜਾਂਦਾ ਹੈ। ਮਾਰਚ 2021 'ਚ 4 ਵਾਰ ਦਾ ਮੈਂਬਰ ਪਾਰਲੀਮੈਂਟ ਹੈ, ਔਰ ਮੁਗੁੰਟਾ ਸ਼੍ਰੀਨਿਵਾਸ ਰੈਡੀ ਦਾ ਜਿਹੜਾ ਮੁੰਡਾ ਹੈ ਰਾਘਵ ਰੈਡੀ, ਉਹ ਵੀ ਇੱਕ ਐਵੀਡੈਂਸ ਦੇ ਰੂਪ 'ਚ, ਗਵਾਹ ਦੇ ਰੂਪ 'ਚ ਭਾਜਪਾ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਤਾਂ ਨਾਂ ਹੀ ਆ ਵੈਸੇ ED ਦਾ, ਪਿੱਛੇ ਤੇ ਸਾਰੀ ਸਕ੍ਰਿਪਟ ਪ੍ਰਧਾਨ ਮੰਤਰੀ ਜੀ ਲਿਖ ਰਿਹਾ, ਮੋਦੀ ਸਾਹਿਬ ਲਿਖ ਰਿਹਾ, ਰਾਘਵ ਰੈਡੀ ਵੀ ਉਹਦੇ 'ਚ ਗਵਾਹ ਬਣਾਇਆ ਗਿਆ ਅਰਵਿੰਦ ਜੀ ਦੇ ਖਿਲਾਫ। ਜਦੋਂ ਉਹ ਬੰਦੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਸਟੇਟਮੈਂਟ ਦੇਣ ਨੂੰ ਤਿਆਰ ਹੋ ਜਾਂਦੇ ਆ ED ਦੇ ਸਾਹਮਣੇ, ਤੇ ਉਸੇ ਹੀ MSR ਨੂੰ, ਰਾਘਵ ਰੈਡੀ ਦੇ ਫਾਦਰ ਨੂੰ ਜਿਹੜਾ ਕਿ ਬਹੁਤ ਵੱਡਾ ਕਾਰੋਬਾਰੀ ਹੈ ਸਾਊਥ ਦਾ, ਉਹਨੂੰ ਭਾਜਪਾ ਯਾਨੀ ਕਿ TDP ਔਰ ਭਾਜਪਾ ਜਿਹੜੀ ਮਿਲ ਕੇ ਆਂਧਰਾ 'ਚ ਇਲੈਕਸ਼ਨ ਲੜ ਰਹੇ ਆ, ਆਂਧਰਾ ਪ੍ਰਦੇਸ਼ ਜਿਹੜੇ NDA ਦਾ ਅਹਿਮ ਲਾਈ ਆ, 28 ਫਰਵਰੀ ਨੂੰ 2024 ਨੂੰ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਆ, ਇਮੀਡੀਏਟ ਆਫਟਰ ਹੀ ਗਿਵਨ ਦਾ ਸਟੇਟਮੈਂਟ ਅਗੇਂਸਟ ਅਰਵਿੰਦ ਕੇਜਰੀਵਾਲ ਜੀ ਇਨ ਦਾ ਫਰੰਟ ਆਫ ED। ED ਦੇ ਸਾਹਮਣੇ ਜਿਸ ਦਿਨ ਤੋਂ MSR ਮੁਗੁੰਟਾ ਸ਼੍ਰੀਨਿਵਾਸ ਰੈਡੀ ਔਰ ਰਾਘਵ ਰੈਡੀ ਜਦੋਂ ਬਿਆਨ ਦੇ ਦਿੰਦੇ ਆ, ਉਸ ਤੋਂ ਥੋੜ੍ਹੇ ਦਿਨ ਬਾਅਦ ਹੀ ਭਾਜਪਾ ਦਾ ਖਾਸ ਅਲਾਈ ਜਿਹੜਾ ਬਣਿਆ, ਤਾਜ਼ਾ ਬਣਿਆ, ਪਹਿਲਾਂ ਵੀ ਰਿਹਾ NDA 'ਚ, ਹੁਣ ਤੇ ਇਹਨਾਂ ਦੀ ਪਿਛਲੇ ਦਿਨ ਦੇਖਿਆ ਆਪਾਂ, ਚੰਦਰਬਾਬੂ ਨਾਇਡੂ ਤੋਂ ਬਾਕੀ ਬਹੁਤ ਲਗਾਤਾਰ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਜੀ ਨੂੰ ਮਿਲਦੇ ਆ, ਉਹਨੂੰ ਲੋਕ ਸਭਾ ਦੀ ਟਿਕਟ ਜਿਹੜੀ ਆ NDA ਵੱਲੋਂ ਫਿਰ ਦਿੱਤੀ। ਇਹਦਾ ਮਤਲਬ ਬੜਾ ਸਪਸ਼ਟ ਹੈ, ਚਾਹੇ ਸ਼ਰਤ ਚੰਦ ਰੈਡੀ ਹੋਵੇ ਚਾਹੇ MSR ਹੋਵੇ, ਰਾਘਵ ਰੈਡੀ ਦਾ ਪਿਓ, ਦੋਨਾਂ ਨੂੰ ਇਨਾਮ ਦਿੱਤਾ ਗਿਆ ਆ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਜਾਂ NDA ਵੱਲੋਂ ਜਾਂ ਭਾਜਪਾ ਵੱਲੋਂ ਕਿ ਤੁਸੀਂ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਜਿਹੜਾ ਆ ED ਨੂੰ ਆਪਣੀ ਸਟੇਟਮੈਂਟ ਦਰਜ ਕਰਾਓ।
ਹੁਣ ਜਿਹੜਾ ਅੱਜ ਜਿਹੜਾ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਯਾਨੀ ਕਿ ਜੇਲ੍ਹ 'ਚ ਭੇਜਿਆ ਆਫਟਰ 11 ਡੇਜ਼ 11 ਦਿਨ ਦੇ ਈਡੀ ਦੇ ਰਿਮਾਂਡ ਤੋਂ ਬਾਅਦ ਅੱਜ ਉਹਨਾਂ ਨੂੰ ਭੇਜਤਾ ਜੁਡੀਸ਼ੀਅਲ ਰਿਮਾਂਡ ਤੇ 14 ਦਿਨ ਦੇ ਤੇ ਉਹਦੇ 'ਚ ਵੀ ਕੋਈ ਨਵਾਂ ਫੈਕਟ ਨਹੀਂ ਆਇਆ ਸਾਹਮਣੇ ਨਾਟ ਅ ਸਿੰਗਲ ਕੋਈ ਐਸਾ ਨਵਾਂ ਫੈਕਟ ਨਵਾਂ ਐਵੀਡੈਂਸ ਨਵੀਂ ਗੱਲ ਉਹੀ ਕਿਸੀ ਪਿੱਟੀ 2 ਸਾਲ ਜਿਸ ਗਵਾਹੀ ਦੇ ਜਾਂ ਜਿਸ ਸਟੇਟਮੈਂਟ ਦੇ ਆਧਾਰ ਤੇ ਪੂਰੀ ਕਥਿਤ ਸ਼ਰਾਬ ਘੁਟਾਲਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਜਿਹਦੀ ਸ਼ੁਰੂਆਤ ਹੋਈ ਸੀ ਉਸੇ ਹੀ ਉਹਨੂੰ ਆਧਾਰ ਬਣਾ ਕੇ ਸੌਰਵ ਭਾਰਦਵਾਜ ਜੀ ਨਾਲ ਜਾਂ ਅਤਸ਼ੀ ਜੀ ਨਾਲ ਵਿਜੇ ਨਾਇਰ ਦੀ ਗੱਲ ਹੋਣਾ ਕੋਈ ਨਵੀਂ ਗੱਲ ਥੋੜ੍ਹੀ ਆ ਇਹ ਤੇ ਰਿਕਾਰਡ ਦਾ ਹਿੱਸਾ ਹੈ ਔਰ ਜਦੋਂ ਪਾਰਟੀ ਦਾ ਅਗਲੇ ਕੰਮ ਕਰਦੇ ਸੀ ਰੋਜ਼ ਗੱਲ ਕਰਦੇ ਸੀ ਔਰ ਜਿਹੜਾ ਇੱਕ ਗਵਾਹ ਇਹਨਾਂ ਨੇ ਮਨੀਸ਼ ਸਿਸੋਦੀਆ ਜੀ ਦਾ ਜਿਹੜੇ PA ਰਹੇ ਆ ਉਹਨਾਂ ਨੂੰ ਬਣਾਇਆ ਉਹਨਾਂ 'ਚ ਸਿਰਫ ਇੱਕ ਗੱਲ ਆਖੇ ਜੀ ਮੈਂ ਕੋਈ ਸ਼ਰਾਬ ਘੁਟਾਲੇ ਦੇ ਕਾਗਜ਼ ਉਹਨਾਂ ਨੇ ਜਿਹੜਾ ਆ ਹੈਂਡਓਵਰ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਨੂੰ ਸੁਣ ਰਹੇ ਸੀ ਜਿਸ ਦੇ ਵਿੱਚ ਕਿ ਮਲਵਿੰਦਰ ਕੰਗ ਦੇ ਵੱਲੋਂ BJP ਦੇ ਵੱਲੋਂ ਜਿਹੜਾ ਇਲੈਕਟੋਰਲ ਬੌਂਡ ਦੇ ਵਿੱਚ ਜਿਹੜਾ ਵੱਡਾ ਪਰਦਾਫਾਸ਼ ਉਹਦੇ ਵਾਲੇ ਕਰ ਰਹੇ ਨੇ ਉਸਦੇ ਕੁਛ ਤੱਤ ਭਾਜਪਾ ਦੀ ਤਾਨਾਸ਼ਾਹੀ ਦੇ ਖਿਲਾਫ ਭਾਜਪਾ ਦੀ ਨਫ਼ਰਤੀ ਰਾਜਨੀਤੀ ਦੇ ਖਿਲਾਫ ਭਾਜਪਾ ਦਾ ਲੋਕਸ਼ਾਹੀ ਦਾ ਕੀਤਾ ਜਾ ਰਿਹਾ ਘਾਣ ਉਹਦੇ ਖਿਲਾਫ ਜਦੋਂ ਆਮ ਆਦਮੀ ਪਾਰਟੀ ਔਰ ਖਾਸ ਕਰ ਅਰਵਿੰਦ ਕੇਜਰੀਵਾਲ ਜੀ ਇੱਕ ਚੁਣੌਤੀ ਦੇ ਰੂਪ 'ਚ ਉੱਭਰ ਕੇ ਆਉਂਦੇ ਆ ਔਰ ਸੜਕ ਤੋਂ ਲੈ ਕੇ ਸੰਸਦ ਤੱਕ ਪ੍ਰਧਾਨ ਮੰਤਰੀ ਮੋਦੀ ਔਰ ਭਾਜਪਾ ਨੂੰ ਚੁਣੌਤੀ ਦਿੰਦੇ ਆ ਤੇ ਇਹਨਾਂ ਦੇ ਮਨਾਂ 'ਚ ਡਰ ਪੈਦਾ ਹੋ ਜਾਂਦਾ ਅਰਵਿੰਦ ਕੇਜਰੀਵਾਲ ਜੀ ਨੂੰ ਕਿਤੇ ਨਾ ਕਿਤੇ ਫਾਇਰ ਟੰਗਿਆ ਜਾਵੇ ਅੰਦਰ ਕੀਤਾ ਜਾਵੇ ਕੋਈ ਇੱਕ ਨਵਾਂ ਸਬੂਤ ਨਹੀਂ ਕੋਈ ਕੋਈ ਨਵਾਂ ਫੈਕਟ ਨਹੀਂ ਕੋਈ ਨਵਾਂ ਗਵਾਹ ਨਹੀਂ ਅੱਛਾ ਜਿਹੜਾ ਕਿਤੇ 100 ਕਰੋੜ ਦਾ ਸਕੈਮ ਹੋਇਆ 100 ਕਰੋੜ ਰੁਪਏ ਅੱਜ ਤਕਰੀਬਨ ਦੇ 2 ਸਾਲ ਹੋ ਗਏ ਤੁਸੀਂ ਸਾਰੇ ਦੇਖ ਰਹੇ ਹੋ ਸਾਡੇ ਲੀਡਰਸ਼ਿਪ ਨੂੰ ਫੜਿਆ ਸਤਿੰਦਰ ਜੈਨ ਜੀ ਨੂੰ ਮਨੀਸ਼ ਜੀ ਨੂੰ ਸੰਜੇ ਸਿੰਘ ਜੀ ਨੂੰ ਸਾਡੇ ਹੁਣ ਨੈਸ਼ਨਲ ਜਿਹੜੇ ਕਨਵੀਨਰ ਉਹਨਾਂ ਨੂੰ ਫੜ ਲਿਆ 100 ਕਰੋੜ ਰੁਪਏ 'ਚ ਇੱਕ ਨਵੀਂ ਪਾਈ ਅਜੇ ਤੱਕ ਇਹਨਾਂ ਨੂੰ ਜਿਹੜੀ ਕਿਸੇ ਪਾਸੋਂ ਵਸੂਲ ਨਹੀਂ ਹੋਈ ਜਾਂ ਰਿਕਵਰ ਨਹੀਂ ਹੋਈ 500 ਤੋਂ ਵੱਧ ਥਾਵਾਂ 'ਤੇ ਇਹਨਾਂ ਨੇ ਛਾਪੇ ਮਾਰੇ ਆ ਭਾਜਪਾ ਦੀ ED CBI ਜਿੰਨੀਆਂ ਵੀ ਏਜੰਸੀਆਂ ਤੇ ਹੁਣ ਕਾਹਦੀਆਂ ਉਹ ਤੇ ਭਾਜਪਾ ਦੇ ਅਲਾਈ ਬਣ ਗਏ ਆ 500 ਤੋਂ ਵੱਧ ਥਾਵਾਂ 'ਤੇ ਛਾਪੇ ਮਾਰਨ ਦੇ ਬਾਵਜੂਦ 100 ਕਰੋੜ 'ਚੋਂ ਇੱਕ ਨਵਾਂ ਰੁਪਈਆ ਨਹੀਂ ਲੱਭਿਆ ਨਵਾਂ ਸਬੂਤ ਨਹੀਂ ਲੱਭਿਆ ਨਵਾਂ ਐਵੀਡੈਂਸ ਨਹੀਂ ਲੱਭਿਆ ਨਵਾਂ ਗਵਾਹ ਨਹੀਂ ਲੱਭਿਆ ਆਖੇ ਜੀ ਇਹਨਾਂ ਨੇ ਸ਼ਰਾਬ ਘੁਟਾਲਾ ਕੀਤਾ ਤੇ ਅੱਜ ਫੇਰ ਜਿਹੜਾ ਆ ਉਹ ਸਾਹਮਣੇ ਆ ਗਈ ਗੱਲ ਕਿ ਨਵੀਂ ਗੱਲ ਤੇ ਮਕਸਦ ਇੱਕੋ ਹੀ ਆ ਭਾਜਪਾ ਔਰ ਮੋਦੀ ਦਾ ਇੱਕੋ ਹੀ ਮਕਸਦ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਬਾਹਰ ਰੱਖਿਆ ਜਾਵੇ ਚੋਣ ਪ੍ਰਚਾਰ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਬਾਹਰ ਰੱਖਿਆ ਜਾਵੇ ਔਰ ਹੋਰ ਤੇ ਹੋਰ ਆਪਾਂ ਸਾਰੇ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਹਾਂ ਆਪਾਂ ਸਾਰੇ ਚਾਹੇ ਅਸੀਂ ਤੁਸੀਂ ਪੱਤਰਕਾਰ ਦੋਸਤ ਹੋ ਅਸੀਂ ਰਾਜਨੀਤਿਕ ਫੀਲਡ 'ਚ ਹੈ ਚਾਹੇ ਆਮ ਬੰਦਾ ਵੀ ਜਿਹੜਾ ਸੁਣ ਰਿਹਾ ਕੈਮਰੇ 'ਤੇ ਅਸੀਂ ਸਾਰੇ ਲੋਕਸ਼ਾਹੀ ਪਸੰਦ ਲੋਕ ਆਪਣੀ ਵੋਟ ਦੀ ਜਿਹੜੀ ਤਾਕਤ ਹੈ ਉਹਦੇ ਆਧਾਰ 'ਤੇ ਆਪਣੀ ਸਰਕਾਰ ਚੁਣਦੇ ਹਾਂ ਲੇਕਿਨ BJP ਦੇ ਲੀਡਰ ਤੇ ਸੰਘ ਪਾੜ ਪਾੜ ਕੇ ਕਹਿ ਰਹੇ ਆ ਕਿ ਅਸੀਂ ਤੇ ਹੁਣ ਆਮ ਆਦਮੀ ਪਾਰਟੀ ਦੀਆਂ ਦਿੱਲੀ ਔਰ ਪੰਜਾਬ ਦੀਆਂ ਸਰਕਾਰਾਂ ਤੋੜਨੀਆਂ ਔਰ ਰਵਨੀਤ ਬੁੱਟੀ ਨੇ ਮੋਹਰ ਲਾ ਦਿੱਤੀ ਜਿਹੜਾ ਨਵਾਂ ਨਵਾਂ ਗਿਆ ਅਜੇ ਗੱਲ ਇਹ ਆ ਪਹਿਲੀ ਗੱਲ ਤੇ ਦੇਖੋ ਤੁਹਾਡੇ ਇਸ ਤੁਹਾਡੀ ਸਰਕਾਰ ਹੀ ਨਹੀਂ ਆਉਣੀ 24 'ਚ ਕਿਉਂਕਿ ਲੋਕਾਂ ਨੇ ਕੱਲ੍ਹ ਜਿਸ ਤਰ੍ਹਾਂ ਦੀ ਰਾਮਲੀਲਾ ਗਰਾਊਂਡ ਤੇ ਇੰਡੀਆ ਬਲੌਕ ਦੀ ਆਮ ਆਦਮੀ ਪਾਰਟੀ ਦੀ ਅਗਵਾਈ 'ਚ ਅਰਵਿੰਦ ਕੇਜਰੀਵਾਲ ਜੀ ਦੀ ਅਰੈਸਟ ਦੇ ਖਿਲਾਫ ਜਿਸ ਤਰੀਕੇ ਦਾ ਇਕੱਠ ਹੋਇਆ ਵੱਡੀ ਰੈਲੀ ਹੋਈ
ਲੋਕਾਂ ਨੇ ਮਨ ਬਣਾ ਲਿਆ ਕਿ ਇਸ ਭਾਜਪਾ ਦੀ ਤਾਨਾਸ਼ਾਹੀ ਵਾਲੀ ਸਰਕਾਰ ਨੂੰ, ਨਫ਼ਰਤ ਫੈਲਾਉਣ ਵਾਲੀ ਸਰਕਾਰ ਨੂੰ, ਸਾਡੇ ਲੋਕਸ਼ਾਹੀ ਦੇ ਖਤਰਾ ਪੈਦਾ ਕਰਨ ਵਾਲੀ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ। ਲੇਕਿਨ ਇਹ ਕਿੱਡੀ ਮੰਦਭਾਗੀ, ਦੁੱਖ ਦੀ ਔਰ ਕਿੱਡੀ ਮਤਲਬ ਫਿਕਰਮੰਦੀ ਵਾਲੀ ਗੱਲ ਹੈ ਕਿ ਕੇਂਦਰ 'ਚ ਚੁਣੀ ਹੋਈ ਸਰਕਾਰ ਕਹਿ ਰਹੀ ਕਿ ਅਸੀਂ ਇਲੈਕਟਡ ਸਰਕਾਰ, ਜਿੱਥੇ ਭਾਜਪਾ ਚੁਣ ਨਹੀਂ ਸਕਦੀ, ਜਿੱਥੇ ਭਾਜਪਾ ਨੂੰ ਚੁਣਿਆ ਨਹੀਂ, ਚਾਹੇ ਦਿੱਲੀ ਔਰ ਪੰਜਾਬ 'ਚ ਇਹਨਾਂ ਨੂੰ ਬਾਹਰ ਦਿਖਾ ਦਿੱਤਾ ਰਸਤਾ ਲੋਕਾਂ ਨੇ, ਉਹ ਅਸੀਂ ਸਰਕਾਰਾਂ ਤੋੜਾਂਗੇ। ਔਰ ਰੋਜ਼ ਤੁਸੀਂ ਦੇਖ ਰਹੇ ਹੋ ਆਪਰੇਸ਼ਨ ਲੋਟਸ ਦੇ ਰਾਹੀਂ ਇਹ ਤੋੜ ਭੰਨ ਦੀਆਂ ਕੋਸ਼ਿਸ਼ਾਂ ਕਰ ਰਿਹਾ। ਸੋ ਲੋਕਸ਼ਾਹੀ ਦਾ ਮਰਡਰ ਇਹਨਾਂ ਨੇ ਚੰਡੀਗੜ੍ਹ 'ਚ ਵੀ ਕੀਤਾ ਸੀ, ਪੰਜਾਬ 'ਚ ਵੀ ਆਪਾਂ ਦੇਖ ਰਹੇ, ਦਿੱਲੀ 'ਚ ਵੀ ਦੇਖ ਰਹੇ। ਸੋ ਤੁਹਾਡੇ ਰਾਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਅਖੀਰ 'ਚ ਆਪਣੀ ਇਸ ਗੱਲਬਾਤ ਨੂੰ ਖਤਮ ਕਰਦਿਆਂ ਹੋਇਆਂ ਕਹਿਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸਾਫ਼ ਸੁਥਰੀ ਰਾਜਨੀਤੀ ਨੂੰ, ਲੋਕ ਪੱਖੀ ਨੀਤੀ ਨੂੰ, ਭਾਜਪਾ ਦੀ ਤਾਨਾਸ਼ਾਹੀ ਵਾਲੀ ਸਰਕਾਰ ਜਿਹੜੀ ਇਹਨੇ ਮਨ ਬਣਾਈ ਬੈਠੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਚੌਵੀ ਚ ਆ ਜੇ ਅਤੇ ਇਸ ਦੇਸ਼ ਇਲੈਕਸ਼ਨਾਂ ਵਾਲਾ ਮਸਲਾ ਹੀ ਖਤਮ ਕਰ ਦੇਣਾ। ਉਹ ਨਹੀਂ ਚਾਹੁੰਦੇ ਕਿ ਚੋਣ ਪ੍ਰਚਾਰ ਕਰਨ, ਇਹ ਪਾਰਟੀਆਂ ਅੱਗੇ ਗਰੋਹ ਹੋਣ, ਸਾਫ਼ ਸੁਥਰੀ ਰਾਜਨੀਤੀ ਦੇਸ਼ 'ਚ ਆਵੇ। ਸਿਰਫ ਅਤੇ ਸਿਰਫ ਇਸੇ ਕਰਕੇ ਝੂਠੇ ਕੇਸਾਂ 'ਚ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ। ਸੋ ਅੱਜ ਇੱਕ ਅਹਿਮ ਇਸ਼ੂ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਇਆ ਸੀ। ਇਸ ਵਿਸ਼ੇ 'ਤੇ ਤੁਹਾਡਾ ਕਿਸੇ ਸਾਥੀ ਦਾ ਕੋਈ ਸਵਾਲ ਹੋਵੇ ਤਾਂ ਕਰ ਸਕਦੇ।